ਗੁਰਪ੍ਰੀਤ ਸਿੰਘ ਸਰ ਚੱਬੇ ਤੋਂ ਆ ਜੀ। ਗੱਲ ਕੀ ਹੋਈ ਹੈ ਜੀ? ਭਾਈ ਕਬੂਤਰ ਬਾਈ ਤੋਂ ਗੱਲ ਹੋਈ ਆ। ਬਾਈ ਜਿੱਤਿਆ ਸੂਰਜ ਜੀ, ਬਾਈ ਜਿੱਤਿਆ ਸੂਰਜ ਦੇ ਨਾ 3 ਮਹੀਨੇ 4 ਹੋ ਗਏ ਬਾਈ ਜਿੱਤੀ ਨੂੰ। ਇਹ ਸਰ ਉਦੋਂ ਦੀ ਖੁੰਦ ਕੋ ਰੱਖਦੇ ਸੀ, ਇਹਨਾਂ ਮਾਰ ਦਿੱਤਾ ਵਾ ਉਹਨੂੰ। ਇਹ ਭਾਈ ਸ਼ਾਮੀ 7-8 ਵਜੇ ਦੇ ਟਾਈਮ ਦੇ ਵਿੱਚ ਹੋਇਆ ਵਾ, ਸ਼ਰੇਆਮ ਹੀ ਹੋਇਆ ਵਾ ਸਰ। ਕੌਣ ਬੰਦੇ ਨੇ, ਕੀ ਨਾਮ ਉਹਨਾਂ ਦਾ? ਇੱਕ ਦਾ ਨਾਮ ਸਰ ਰਾਜਪ੍ਰੀਤ ਹੈਗਾ ਵਾ, ਅਤੇ ਇੱਕ ਸਰ ਉਹਦਾ ਛੋਟਾ ਬ੍ਰਦਰ ਆ, ਉਹਦੇ ਨਾਂ ਦਾ ਨਹੀਂ ਪਤਾ, ਅਤੇ ਇੱਕ ਅਰਸ਼ ਆ ਅਤੇ ਇੱਕ ਦੀਪੂ ਆ ਸਰ। ਜਿਹੜਾ ਜਿਹਦੀ ਮੌਤ ਹੋਈ ਉਹ ਤੁਹਾਡੇ ਕੀ ਲੱਗਦੇ ਨੇ? ਮੇਰਾ ਭਰਾ ਵਾ ਜੀ, ਛੋਟਾ ਮੇਰੇ ਤੋਂ। ਇਹ ਕਬੂਤਰ ਬਾਜੀ ਜਿਹੜੀ ਕਦੋਂ ਤੋਂ ਕਰਦੇ? ਇਹ ਸਰ ਬਚਪਨ ਤੋਂ ਹੀ ਕਰਦਾ ਆ ਰਿਹਾ ਜੀ। ਬਾਕੀ ਬਾਜੀ ਪਹਿਲੀ ਉਡਾਈ ਸੀ ਆ 29 ਤਰੀਕ ਨੂੰ, ਅਤੇ 3 ਮਹੀਨੇ ਹੋ ਚੁੱਕੇ ਬਾਜੀ ਉੱਡੀ ਨੂੰ, ਅਤੇ ਬਾਜੀ ਜਿੱਤ ਗਏ ਆ, ਅਤੇ ਇਹਨਾਂ ਨੇ ਇਸੇ ਬਾਜੀ ਦੇ ਚੱਕਰ 'ਚ ਉਹਨੂੰ ਮਾਰ ਦਿੱਤਾ ਵਾ। ਅਤੇ ਹੁਣ ਕੋਈ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ? ਕੀਤੀ ਆ ਸਰ, ਬਾਕੀ ਕਾਰਵਾਈ ਸਾਨੂੰ ਇਨਸਾਫ ਚਾਹੀਦਾ ਵਾ, ਜੋ ਵੀ ਸਾਨੂੰ ਤੁਹਾਨੂੰ ਪਤਾ ਹੀ ਆ ਸਰਕਾਰ, ਆਪਾਂ ਜਿੱਦਾਂ ਸਰਕਾਰ ਆਪਾਂ ਮੁਲਾਜ਼ਮਾਂ ਨੇ ਕੀਤੀ ਆ ਕਾਰਵਾਈ ਕਰਨ ਡਿਆ, ਠੀਕ ਕਰਨ ਡਿਆ, ਪਰ 2 ਬੰਦੇ ਭਗੌੜੇ ਆ। ਹਾਂਜੀ, 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, 2 ਰਹਿ ਗਏ ਆ ਜੀ, 2 ਭਗੌੜੇ ਆ। ਕਿੰਨੇ ਦੀ ਸ਼ਰਤ ਲਗਾਈ ਸੀਗੀ ਜੋ ਕਿ? ਇਹ ਸਰ 10-10 ਹਜ਼ਾਰ ਰੁਪਏ ਦੀ ਸ਼ਰਤ ਸੀ। ਹਾਂਜੀ ਹਾਂਜੀ, 10-10 ਹਜ਼ਾਰ ਪਿੱਛੇ ਉਹਨਾਂ ਸਰ ਬੰਦਾ ਮਾਰਤਾ। ਕੰਮ ਸਰ ਸੈਂਟਰੀ ਦਾ ਕਰਦੇ ਆ, ਜਿਨ੍ਹਾਂ ਵੱਲੋਂ। ਹਾਂਜੀ, ਸੂਰਜ। ਕਿੰਨੀ ਉਮਰ ਉਮਰ ਸਰ? ਹੁਣੇ ਮਹਾਂ 22-23 ਸਾਲ ਉਮਰ ਹੋ ਗਈ ਮੇਰੇ ਤੋਂ। ਕੁਵਾਰਾ ਜੀ, ਅਸੀਂ 3 ਕੁਵਾਰੇ ਹਾਂ, 2 ਭਰਾ। ਸੁਖਵਿੰਦਰ ਸਿੰਘ ਸਰ ਮੇਰਾ ਨਾਮ, ਪਿੰਡ ਚੱਬਾ ਵਾ। ਜੋ ਕਿ ਜੋ ਲੜਕੇ ਦੀ ਡੈਥ ਹੋਈ ਹੈ, ਮੇਰੇ ਨਾਲ ਕੰਮ ਕਰਦਾ ਸੀ ਪਲੰਬਰ ਦਾ, ਜੋ ਕਿ ਇਹਨੇ ਮਤਲਬ ਅੱਜ ਤੋਂ ਪਿਛਲੇ ਮਹੀਨੇ ਤੋਂ 2 ਮਹੀਨੇ ਹੋ ਗਏ ਆ ਜੀ, 29 ਤਰੀਕ 'ਤੇ ਇਹਨੇ ਮਤਲਬ ਵੀ ਸ਼ਰਤ ਜਿੱਤੀ ਹੋਈ ਆ, ਉਸੇ ਕਬੂਤਰਬਾਜ਼ੀ ਦੇ ਵਿੱਚ ਇਹਦੀ ਜਿਹੜੀ ਵੀ ਹੱਤਿਆ ਕਰ ਦਿੱਤੀ ਗਈ ਆ। ਉਹ ਜਿਹੜੇ ਬੱਚੇ ਮਤਲਬ ਹਾਰੇ ਹੋਏ ਆ, ਉਹਨਾਂ ਨੇ ਮਤਲਬ ਇਹਨਾਂ ਨੂੰ ਬੁਲਾਇਆ ਵਾ, ਬਹਾਨੇ ਦੇ ਨਾਲ ਇਹਨੂੰ ਬੁਲਾਇਆ ਵਾ, 2 ਬੰਦੇ ਜਿਹੜੇ ਸਾਡੇ ਪਿੰਡ ਦੇ ਸੀ, ਅਤੇ ਉਹਨਾਂ ਨੇ ਮਤਲਬ ਬੁਲਾ ਕੇ ਬਹਾਨੇ ਨਾਲ ਬਾਹਰ ਸੱਦਿਆ ਵਾ, ਅਤੇ ਮੁੜ ਕੇ ਬਾਅਦ ਵਿੱਚ ਇਹਦਾ ਸੜਕ 'ਤੇ ਇਹਦੇ ਉੱਤੇ ਹਮਲਾ ਕਰਤਾ ਇਹਨਾਂ ਨੇ, ਖੰਜਰ ਮਾਰਤਾ ਵਾ। ਮਤਲਬ ਜੋ ਵੀ ਇਹਦੀ ਕਾਰਵਾਈ ਜਿਹੜੀ ਬਣਦੀ ਸਾਡੀ ਆ, ਇਹ ਪੁਲਿਸ ਨੂੰ ਵੀ ਇਹੀ ਆ, ਇਹੋ ਗੁਜ਼ਾਰਿਸ਼ ਆ ਵੀ ਜੋ ਕਾਰਵਾਈ ਬਣਦੀ ਆ ਵੀ ਜੋ ਪਰਿਵਾਰ ਦੇ ਹੱਕ ਵਿੱਚ ਕੀਤੀ ਜਾਵੇ, ਮਤਲਬ ਕੋਈ ਬੇਇਨਸਾਫੀ ਨਾ ਹੋਵੇ ਇਹਨਾਂ ਦੇ ਨਾਲ। ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਇਹ ਅੰਜਾਮ ਦਿੱਤਾ, ਉਹ ਨਾਮ ਕੀ ਨੇ ਉਹਨਾਂ ਦੇ, ਕਿੱਥੋਂ ਦੇ ਰਹਿਣ ਵਾਲੇ? ਇੱਕ ਤਾਂ ਮਤਲਬ 2 ਜਿਹੜੇ ਲੜਕੇ ਆ, ਨਿੱਕਾ ਚੱਬਾ ਪਿੰਡ ਆ ਸਾਡੇ, ਮਤਲਬ ਪਾ ਬਾਬਾ ਨੋਹ ਸਿੰਘ ਸਮਾਧ ਦੇ ਕੋਲ ਪਿੰਡ ਸਾਡਾ, ਵੱਡਾ ਚੱਬਾ ਜੀ, ਅਤੇ ਜੋ ਲੜਕੇ 2 ਆ, 2 ਸਾਡੇ ਪਿੰਡ ਦੇ ਨੇ ਵੱਡੇ ਚੱਬੇ, ਉਹਨਾਂ ਦੇ ਇੱਕ ਦਾ ਨਾਮ ਅਤੇ ਅਰਸ਼ਦ ਆ, ਇੱਕ ਦਾ ਨਾਮ ਦੀਪੂ ਆ ਜੀ। ਇਹਨਾਂ ਨੇ ਜੋ ਕਿ ਲੜਕੇ ਦੀਆਂ ਬਾਹਾਂ ਫੜ ਲਈਆਂ ਵਾ, ਅਤੇ ਉਹਨਾਂ ਮੁੰਡਿਆਂ ਨੇ ਦੋਵਾਂ ਨੇ ਹਮਲਾ ਕਰ ਦਿੱਤਾ ਵਾ, ਅਤੇ ਖੰਜਰ ਮਾਰ ਦਿੱਤੇ ਗਏ ਆ। ਅਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਇਹੋ ਵੀ ਇਨਸਾਫ ਹੋਣਾ ਚਾਹੀਦਾ ਵਾ, ਕਿਉਂਕਿ ਸਾਡਾ ਤਾਂ ਬੰਦਾ ਜਾਣ ਵਾਲਾ ਚੱਲ ਗਿਆ ਵਾ, ਅਤੇ ਜੋ ਵੀ ਇਹ ਪੁਲਿਸ ਦੀ ਕਾਰਵਾਈ ਆ, ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ, ਵੀ ਕਿਸੇ ਦੀ ਵੀ ਮਤਲਬ ਵੀ ਉਹਨਾਂ ਦੀ ਮਤਲਬ ਸਿਫਾਰਿਸ਼ ਨਾ ਹੋਵੇ, ਕਿਸੇ ਦੀ ਬਦੌਲਤ ਨਾ ਹੋਵੇ, ਜੋ ਵੀ ਆ ਬਣਦੀ ਕਾਰਵਾਈ ਪਰਿਵਾਰ ਦੀ ਆ, ਇਹਨਾਂ ਦੇ ਹੱਕ ਵਿੱਚ ਕੀਤੀ ਜਾਵੇ। ਪੁਲਿਸ ਵੱਲੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ? ਹਾਂ, 2 ਬੰਦੇ ਕੀਤੇ ਗਏ, ਅਤੇ ਇੱਕ ਮਤਲਬ ਬੰਦੇ ਦਾ ਜਿਹੜਾ ਅਰਸ਼ ਦਾ ਵਾ, ਉਹਦੇ ਫਾਦਰ ਸਾਹਿਬ ਨੂੰ ਕੀਤਾ ਵਾ, ਅਤੇ ਮਤਲਬ ਇੱਕ ਬੰਦਾ ਜਿਹੜਾ ਵਾ ਉਹ ਫਰਾਰ ਆ ਜੇ ਵੀ ਉਹਨਾਂ ਦੇ ਫਾਦਰ ਸਾਹਿਬ ਦਾ, ਚਲੋ ਕੋਈ ਕਸੂਰ ਨਹੀਂ ਸਾਡਾ, ਇਹੋ ਜਿਹਾ ਵੀ ਉਹਦੇ ਜੋ ਬੱਚਿਆਂ ਦਾ ਕਸੂਰ, ਬੱਚਿਆਂ ਨੂੰ ਫੜਿਆ ਜਾਵੇ। ਜਿਨ੍ਹਾਂ ਵੱਲੋਂ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਦੀ ਉਮਰ ਕਿੰਨੀਆਂ ਨੇ? ਉਮਰ ਉਹ ਕਦੀ ਤਾਂ ਮੇਰਾ 23-24 ਸਾਲ ਤੋਂ ਕੋਈ ਵੀ ਥੱਲੇ ਨਹੀਂ ਹੈਗਾ, ਕਿਸੇ ਦੀ 20 ਸਾਲ ਹੋਏਗੀ, ਕਿਸੇ ਦੀ 21 ਸਾਲ ਹੋਏਗੀ, ਕਿਸੇ ਦੀ 23-24 ਸਾਲ ਤੋਂ ਥੱਲੇ ਨਹੀਂ ਹੋਈ, ਉਹਦੀ 22 ਸਾਲ ਉਮਰ ਹੈ ਜੀ। ਵਿਆਹ ਸੀ ਕਰਵਾਇਆ? ਨਹੀਂ, ਕੁਵਾਰਾ ਸੀ ਅਜੇ ਜੀ, ਨੰਨਾ ਕੰਮ ਕਰਦਾ ਵੇ, ਘਰ ਦਾ ਖਰਚਾ ਵੀ ਇਹਦੇ ਸਿਰ 'ਤੇ ਚੱਲਦਾ ਸੀ, ਜੋ ਕਿ ਇਹਦੇ ਭਰਾ ਦੂਸਰੇ ਥੋੜ੍ਹਾ ਜਿਹਾ ਮਤਲਬ ਨਹੀਂ ਘੱਟ ਕਮਾਉਂਦੇ, ਮਤਲਬ ਸੱਟ ਪਿੱਟ ਲੱਗੀ ਉਹਨਾਂ ਦੇ ਵੀ, ਇਸ ਕਰਕੇ ਵੀ ਉਹ ਜੋ ਵੀ ਖਰਚਾ ਹੈ ਆਪਣੇ ਮਾਂ ਪਿਓ ਦਾ, ਜੋ ਫਾਦਰ ਸਾਹਿਬ ਦੀ ਤਾਂ ਡੈਥ ਹੋ ਚੁੱਕੀ, ਸਾਲ ਹੋ ਗਿਆ ਵਾ, ਉਹ ਗਾੜੀ ਜਿਹੜੀ ਆ ਘਰ ਦਾ ਖਰਚਾ ਇਹਨੇ ਚੁੱਕਿਆ, ਇਹਦੀ ਛੋਟੀ ਭੈਣ ਇੱਕ ਵਿਆਹੁਣ ਵਾਲੀ ਆ, ਉਹ ਵੀ ਜੋ ਕਿ ਜ਼ਿੰਮੇਵਾਰੀ ਸਾਰੀ ਇਹਦੇ ਸਿਰ 'ਤੇ ਲੜਕੇ ਦੇ। ਜੋ ਕਿ ਜਿਹੜਾ ਡੈਥ ਦਾ ਮਾਮਲਾ ਹੈ, ਕੀ ਪੂਰਾ ਮਾਮਲਾ ਹੈ ਅਤੇ ਕਿੱਥੋਂ ਦਾ ਮਾਮਲਾ? ਇਹ ਚੱਬੇ ਪਿੰਡ ਦਾ ਮਾਮਲਾ, ਕਬੂਤਰਬਾਜ਼ੀ ਦਾ ਮਾਮਲਾ, ਉਹਦੇ ਵਿੱਚ ਸ਼ਰਤ ਕੋਈ ਜਿੱਤ ਗਿਆ, ਕੋਈ ਹਾਰ ਗਿਆ, ਉਹਦੇ ਵਿੱਚ ਇਹਨਾਂ ਦੀ ਆਪਸ ਵਿੱਚ ਹੋਈ ਲੜਾਈ। ਇਹ ਜਿਵੇਂ ਦੱਸਿਆ ਜਾ ਰਿਹਾ ਕਿ ਕਾਫੀ ਪੁਰਾਣੀ ਰੰਜਿਸ਼ ਸੀਗੀ, ਅਤੇ ਉਸਨੂੰ ਲੈ ਕੇ ਆਨਲਾਈਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਇਹ ਤਫਤੀਸ਼ ਚੱਲ ਰਹੀ ਹੈ, ਸੀਨੀਅਰ ਅਫਸਰ ਤਫਤੀਸ਼ ਕਰ ਰਹੇ ਨੇ। ਅਤੇ ਕਿੰਨੇ ਲੋਕਾਂ ਦਾ ਨਾਮ ਜਿਹੜਾ ਵਾ ਸਾਹਮਣੇ ਆਇਆ ਕਿ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ? ਇਹਦੇ ਵਿੱਚ 4 ਲੋਕਾਂ ਦਾ ਨਾਮ ਸਾਹਮਣੇ ਆਇਆ, 2 ਨੂੰ ਗ੍ਰਿਫਤਾਰ ਹੋ ਕਰ ਲਿਆ, 2 ਬਾਕੀ। ਸਰ ਕਬੂਤਰਬਾਜ਼ੀ ਜਿਹੜੇ ਕਰਦੇ ਸੀਗੇ, ਕਿੰਨੇ ਦੀ ਸ਼ਰਤ ਲਗਾਏ ਸੀਗੇ? ਇਹਨਾਂ ਆਪਸ ਵਿੱਚ ਸ਼ਰਤਾਂ ਲਾ ਲੈਂਦੇ ਪਿੰਡਾਂ ਦੇ ਵਿੱਚ, ਕਿਸੇ ਨੂੰ ਦੱਸਦੇ ਥੋੜ੍ਹਾ ਵੀ ਅਸੀਂ ਸ਼ਰਤ ਲਗਾਉਣ ਲੱਗੇ ਹਾਂ, ਜਾਂ ਤੁਹਾਨੂੰ ਪੁੱਛ ਕੇ ਲਾਉਂਦੇ ਆ, ਕੋਈ ਵੀ ਸ਼ਰਤ ਲਗਾਉਂਦਾ ਕਿਸੇ ਨੂੰ ਦੱਸਦਾ ਥੋੜ੍ਹਾ, ਜਾਂ ਤੁਹਾਨੂੰ ਦੱਸਣ ਲੱਗਾ ਪੱਤਰਕਾਰਾਂ ਨੂੰ ਵੀ ਆਣ ਕੇ ਅਸੀਂ ਸ਼ਰਤਾਂ ਲਾਉਣ ਲੱਗੇ, ਆਓ ਸਾਡੇ ਪਿੰਡ ਅੱਜ। ਹੁਣ ਤੱਕ ਦੀ ਕਿਹੜੀ ਧਾਰਾਵਾਂ ਦੀ ਜਿਹੜਾ ਮਾਮਲਾ ਦਰਜ ਕੀਤਾ ਗਿਆ, ਅਤੇ ਕਿਸ ਤਰ੍ਹਾਂ ਦੀ ਬਣਦੀ? 302-34 IPC। ਅਤੇ ਜਿਹੜੇ 2 ਜਿਹੜੇ ਮੁਜਰਿਮ ਨੇ, ਉਹਨਾਂ ਨੂੰ ਜਿਹੜੇ ਕਿ ਫਰਾਰ ਨੇ, ਉਹਨਾਂ ਨੂੰ ਰੇਡ ਕੀਤੇ ਉਹਨਾਂ ਘਰਾਂ ਦੇ ਵਿੱਚ, ਕਾਬੂ ਆ ਜਾਣਗੇ ਜਲਦੀ ਤੋਂ ਜਲਦੀ ਕਾਬੂ ਆ ਜਾਣਗੇ।